ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਟੂ ਮਾਈ ਚੈਨਲ ਅਤਰੰਗੀ ਸਮਰ। ਅੱਜ ਅਸੀਂ ਚੱਲੇ ਹਾਂ ਲੁਧਿਆਣੇ ਐਂਡ ਟੂਡੇ ਸੈਟਰਡੇ ਅਸੀਂ ਚੱਲੇ ਹਾਂ ਚਾਰ ਜਣੇ ਅਤੇ ਲੈਟਸ ਰੌਕ ਐਂਡ ਸਰਪ੍ਰਾਈਜ਼ ਅੱਜ ਪੈਣੀਆਂ ਧੱਕ। ਨਹੀਂ ਭਾਜੀ ਉੱਥੇ ਮੈਂ ਸ਼ੁਰੂ ਕੀਤਾ। ਸੋ ਜਿਹੜੇ ਵੀ ਲੁਧਿਆਣੇ ਆਉਂਦੇ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਸਮਰਾਲੇ ਕੋਲ ਸ਼ਰਮਾ ਸਵੀਟ ਸ਼ਾਪ ਹੈ ਜਿੱਥੇ ਦੇ ਪਕੌੜੇ ਮਸ਼ਹੂਰ ਨੇ, ਸਪੈਸ਼ਲੀ ਇਹਨਾਂ ਦੀ ਚਟਨੀ ਅਤੇ ਨਾਲ ਮੂਲੀਆਂ। ਹਾਂ ਮਤਲਬ ਇੱਥੇ ਅਸੀਂ ਹਮੇਸ਼ਾ ਰੁਕੀਦਾ। ਬ੍ਰੈਡ ਪਕੌੜੇ, ਸਮੋਸੇ, ਪਨੀਰ ਪਕੌੜੇ ਅਤੇ ਇਹਨਾਂ ਦੇ ਚਟਨੀ ਅਤੇ ਨਾਲ ਮੂਲੀਆਂ। ਅਤੇ ਹੁਣ ਅਸੀਂ ਉੱਥੇ ਪੀਵਾਂਗੇ ਚਾਹ। ਭਾਅ ਜੀ ਕਿਵੇਂ ਰਹਿ ਰਿਹਾ ਸਫ਼ਰ? ਬਹੁਤ ਵਧੀਆ ਜੀ, ਮੌਸਮ ਬਹੁਤ ਵਧੀਆ, ਵਿੱਚ ਵਿੱਚ ਬੂੰਦਾਬਾਰੀ ਹੋ ਰਹੀ ਹੈ। ਗੁੱਡ। ਦ ਬੈਸਟ ਪਾਰਟ ਅਬਾਊਟ ਦਿਸ ਗਾਇਜ਼ ਐਡਾ ਮੇਨਟੇਨਡ, ਜਸਟ ਲੁੱਕ ਐਟ ਹਿਮ, ਸੋ ਸਮਾਰਟ। ਥੈਂਕ ਯੂ, ਫੁੱਲ ਫੁੱਲ ਸਮਾਰਟਨੈਸ। ਥੈਂਕ ਯੂ। ਜਸਵੀਰ ਸਿੱਖੋ ਵੱਡੇ ਭਰਾਵਾਂ ਤੋਂ ਕੁਛ। ਮੈਂ ਆਈ ਲਾਈਕ ਮਾਈ ਸਾਲਟ ਐਂਡ ਪੈਪਰ ਲੁੱਕ ਮੰਦਾ। ਹੇਠਾਂ ਦੇਖ ਲਈ ਕੀ ਲਿਖਿਆ, ਉਧਾਰ ਬੰਦ ਹੈ। ਚਾਰ ਪੀਸ ਦੇ ਦਿਓ। We have entered the Ludhiana, the city of dragon. Dragon matlab itthe koi mayavi shaktiyan nahi hegiyan, itthe te driving eh hoti hai ki bach bach jana penda, bas bas har gali te dar lagda, bas is layi it is called the dragon. Eh vaise bhaji apna hi town hai, famous hai, ha purani bani hui hai te from last 15 years. ਲੁਧਿਆਣੇ ਵਾਲੇ ਸਾਰੇ ਜਿੰਨੇ ਵੀ ਦੇਖ ਰਹੇ ਨੇ ਉਹ ਇਸ ਗੱਲ ਨੂੰ ਵੈਲੀਡੇਟ ਕਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ। So if you have a 4x4, you can explore and you can discover virgin lands, which is a very good thing. Kyunki kehnde aa vi bane banaye raah te jana is a different story, but jo tusi apna raah bana ke aap jaunde ho, so jo experience hunda, even in life if you walk on someone's footsteps, koi fayda nahi hunda. Apne raah banao, achievements odo hi hain, and fear on the swag. ਯਾਰ ਇੰਨੀ ਖੂਬਸੂਰਤੀ ਆ ਨਾ, ਇੰਨੀ ਖੂਬਸੂਰਤੀ ਆਪਣੇ ਇੰਡੀਆ 'ਚ। ਆਈ ਸੀਰੀਅਸਲੀ ਬਿਲੀਵ ਵੀ ਲੋਕ ਓਵਰਸੀਜ਼ ਘੁੰਮਣ ਜਾਂਦੇ ਆ, ਫਲਾਣੀ ਥਾਂ ਇੱਧਰ ਉੱਧਰ। ਇੱਕ ਵਾਰ ਪੂਰਾ ਇੰਡੀਆ ਘੁੰਮ ਲਓ, ਨਜ਼ਾਰਾ ਲਾਈਕ
ਤੁਸੀਂ ਜਿੰਨਾ ਅੰਦਰੂਨੀ ਇੰਡੀਆ ਘੁੰਮੋਗੇ ਪਿੰਡਾਂ ਦੇ ਵਿੱਚ, ਬੀ ਇਟ ਲੇਹ ਹੋਵੇ, ਬੀ ਇਟ ਡਾਊਨ ਸਾਊਥ, ਇੱਕ ਵਾਰ ਜ਼ਰੂਰ ਇੰਡੀਆ ਐਕਸਪਲੋਰ ਕਰੋ। ਰਾਵੀ ਕੀ ਬਣਦਾ? ਬਸ ਯਾਰ ਕੁਛ ਵੀ ਨਹੀਂ। ਦੇਖੋ ਮਾਹੌਲ ਸਭ ਸਾਰੇ ਲੱਗੇ ਹੋਏ ਆਪਣੇ ਆਪਣੇ। ਬੇਦੀ ਭਾਅ ਜੀ ਹੋਰ ਹੈ, ਉਹਨਾਂ ਨੇ ਗੋਪਰੋ ਕੱਢ ਲਿਆ, ਬਾਕੀ ਟੀਮ ਵਾਲੇ ਗੱਲ ਕਰ ਰਹੀ ਆ, ਹੋਰ ਜਣੇ ਆ ਰਹੇ ਨੇ। ਅੱਜ ਆਫ ਰੋਡਿੰਗ ਤਾਂ ਨਹੀਂ ਜ਼ਿਆਦਾ ਹੋਊਗੀ, ਬਟ ਹਾਂ ਇੱਥੇ ਵਿਊ ਇੰਜੋਏ ਕਰਾਂਗੇ। ਇਹ ਖੜੀ ਸਾਰੀ ਫਲੀਟ, ਦੋ ਤਿੰਨ ਹੋਰ ਆ ਰਹੀਆਂ ਆਫ ਰੋਡਰਸ ਸਾਰੇ। ਸੋ ਇੱਥੇ ਬਹਿ ਕੇ ਨਾਲੇ ਲੰਚ ਕਰਾਂਗੇ, ਨਾਲੇ ਡਿਸਕਸ਼ਨਸ ਅੱਗੇ ਅੱਗੇ ਕੀ ਕੀ ਕਰਨਾ, ਨਵੀਆਂ ਐਕਸਪੈਕਟੇਸ਼ਨਸ ਹੋਣਗੀਆਂ, ਪਲਾਨ। ਸੋ ਦੇਖਦੇ ਰਹੋ, ਐਂਡ ਤੱਕ ਤੁਹਾਨੂੰ ਹੋਰ ਬੜਾ ਕੁਛ ਦੱਸਾਂਗੇ। ਅੱਖਾਂ ਥੋੜ੍ਹੀਆਂ ਖੁੱਲ੍ਹ ਨਹੀਂ ਰਹੀਆਂ, ਭਰਵੱਟੇ ਜਿਹੇ ਚੱਕਣੇ ਪੈ ਰਹੇ ਆ, ਥੋੜ੍ਹੀਆਂ ਮੱਥੇ 'ਤੇ ਆ ਚੁੱਕੀਆਂ। ਸੋ ਡੋਂਟ ਮਾਈਂਡ ਦੈਟ। ਹਾਂ ਬਹੁਤ ਵਧੀਆ ਹੁੰਦੇ ਚੁੰਡ 'ਚ, ਖਾਸ ਕਰਕੇ ਫਿਸ਼ ਹੋ ਗਈ, ਫੋਰਮੇਸ਼ਨ ਹੋ ਗਈ। ਵਾਟ ਆ ਬਿਊਟੀ ਯਾਰ, ਮਤਲਬ ਨੇਚਰ ਕਿੰਨੀ ਸੋਹਣੀ ਆ। ਕਿਸੇ ਨੂੰ ਕੁਛ ਨਹੀਂ ਪਤਾ ਕਿੱਥੇ ਜਾਣਾ ਕਿੱਥੇ ਨਹੀਂ, ਬਟ ਜਸਟ ਸੀ ਦ ਫਾਰਮੇਸ਼ਨ। ਫਿਰ ਸੇ ਉੜ ਚੱਲ ਬਹੁਤ ਸੋਹਣੇ ਗਾਣੇ ਨੇ ਇਹਨਾਂ ਤੇ ਵੀ। ਚੜਾਈ ਹੁੰਦੀ ਆ ਜਦੋਂ ਸੀਟਾਂ ਹੀ ਪੱਟ ਲਈਆਂ। ਇਹ ਹੁੰਦੀ ਆ ਜੀ ਗੱਡੀ ਦੀ ਦੇਖ ਰੇਖ, ਗੰਦੀ ਜਿੰਨੀ ਮਰਜ਼ੀ ਕਰ ਲਓ, ਨਾਲ ਦੇ ਨਾਲ ਪਾਣੀ ਮਰਾ ਕੇ ਸਾਫ। ਸੈਮੀ ਅਸੀਂ ਨਿਕਲਦੇ ਹਾਂ ਫਿਰ, ਟਰੂ ਕਾਰ ਲਵਰਸ ਸੈਮੀ। ਸੋ ਨਾਓ ਵੀ ਆ ਕੇ ਬਿਡਿੰਗ ਦੈਮ ਗੁੱਡ ਬਾਏ, ਅਗਲੀ ਵਾਰ ਮਿਲਾਂਗੇ, ਹੁਣ ਚੱਲੀਏ ਵਾਪਸ ਚੰਡੀਗੜ੍ਹ।